ਚਰਨਾਂ ਦੇ ਵਿੱਚ ਆਪਾਂ ਅਰਦਾਸ ਬੇਨਤੀ ਕਿ ਸਤਿਗੁਰੂ ਜੀ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨਾ, ਪਿੱਛੇ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਜੀ। ਅਮਰਦਾਸ ਰਾਮਦਾਸ ਹੋਈ ਸਹਾਈ, ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਈ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਮ ਦਿਆਵੈ ਧਾਈ। ਸਭ ਥਾਈ ਹੋਏ ਸਹਾਈ ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਸਭ ਥਾਈ ਹੋਣਾ ਜੀ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋ ਜਬਰ ਛਤਰ ਤਖਤ ਕੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਉਦੇਸ਼ ਜੀ ਦਾ ਧਿਆਨ ਧਰ ਕੇ ਬੋਲੋ ਜੀ। ਸਤਿਗੁਰਾਂ ਦੇ ਸਾਜੇ ਵਾਜੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਅੱਖੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਨਾਮ ਕਾ ਸਦਕਾ ਵੰਡ ਕੇ ਛਕਿਆ, ਦੇਗ ਚਲਾਈ ਦੇਗ ਵਾਹੀ, ਦੇਗ ਸੁਣਿਆ ਡਠ ਕੀਤਾ ਭਾਣਾ ਮੰਨਿਆ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਆਪ ਜੀ ਦੇ ਦਰ ਕਰਦੇ ਸਾਜਣ ਵਾਜੇ ਸਿਉਪਿਆਂ ਸਰਦਾਰ ਜਸਵਿੰਦਰ ਸਿੰਘ ਜੀ ਸੱਚੇ ਪਾਤਸ਼ਾਹ ਜੀ ਧਾਲੀਵਾਲ, ਆਪ ਜੀਆਂ ਦੀ ਬਖਸ਼ੀ ਹੋਈ ਆਰਜਨ ਨੂੰ ਭੋਗਦਿਆਂ ਸੱਚੇ ਪਾਤਸ਼ਾਹ ਇਸ ਸੰਸਾਰ ਤੋਂ ਪਿਛਲੇ ਦਿਨੀ ਆਪ ਜੀ ਦੇ ਹੁਕਮ ਅਨੁਸਾਰ ਸੱਚੇ ਪਾਤਸ਼ਾਹ ਆਰਜਾ ਭੋਗ ਕਰਕੇ ਸੱਚੇ ਪਾਤਸ਼ਾਹ ਸੰਸਾਰ ਤੋਂ ਕਾਲ ਚਲਾਣਾ ਕਰਕੇ ਸਰਦਾਰ ਜਸਵਿੰਦਰ ਸਿੰਘ ਜੀ ਧਾਲੀਵਾਲ ਜੀਆਂ ਦੀ ਆਤਮਕ ਸ਼ਾਂਤੀ ਲਈ, ਉਹਨਾਂ ਦੀ ਰੂਹ ਦੀ ਕਲਿਆਣ ਲਈ, ਰੂਹ ਦੀ ਭਲੇ ਲਈ ਸੱਚੇ ਪਾਤਸ਼ਾਹ ਅਰਦਾਸ ਬੇਨਤੀ ਦੁਆਰਾ ਸਮੂਹ ਧਾਲੀਵਾਲ ਪਰਿਵਾਰ ਵੱਲੋਂ ਅਰਦਾਸ ਬੇਨਤੀ ਦੁਆਰਾ ਸੱਚੇ ਪਾਤਸ਼ਾਹ ਉਹਨਾਂ ਬੇਟੇ ਭਾਈ ਗਗਨਦੀਪ ਸਿੰਘ ਧਾਲੀਵਾਲ, ਅਮਨਦੀਪ ਸਿੰਘ ਧਾਲੀਵਾਲ, ਸੱਚੇ ਪਾਤਸ਼ਾਹ ਸਮੂਹ ਪਰਿਵਾਰ ਨੇ ਰਲ ਮਿਲ ਕਰਕੇ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਦੁਆਰਾ ਆਪਣੇ ਗ੍ਰਹਿ ਵਿਖੇ ਪਾਵਨ ਬਾਣੀ ਦੇ ਜਾਪ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ, ਪਰਸੋਂ ਰੋਜ਼ ਦੋ ਸੁਬਾਹ ਗੁਰਬਾਣੀ ਦੇ ਪਾਠ ਪੜ੍ਹ ਕਰਕੇ ਭੋਗ ਪਾਏ ਗਏ।
ਪੜ੍ਹੀ ਸੁਣੀ ਗੁਰਬਾਣੀ ਦਾ ਮਹਾਤਮ ਸੱਚੇ ਪਾਤਸ਼ਾਹ ਵਿਚਲੀ ਰੂਹ ਸਰਦਾਰ ਸੁੰਦਰ ਸਿੰਘ ਧਾਲੀਵਾਲ ਜੀ ਦੀ ਆਤਮਾ ਨੂੰ ਬਖਸ਼ਿਸ਼ ਕਰਨਾ, ਉਹਨਾਂ ਦੀ ਆਤਮਾ ਨੂੰ ਆਵਾਗਮਨ ਦੇ ਚੱਕਰਾਂ ਤੋਂ ਬਚਾ ਕਰਕੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਸ਼ ਕਰਨਾ, ਪਿੱਛੇ ਸਮੂਹ ਪਰਿਵਾਰ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਣਾ, ਪਰਿਵਾਰ ਨੂੰ ਚੜ੍ਹਦੀ ਕਲਾ 'ਤੇ ਆਪ ਜੀ ਦੇ ਚਰਨਾਂ ਦਾ ਪਿਆਰ ਭਰੋਸਾ ਬਖਸ਼ਿਸ਼ ਕਰਨਾ। ਬੋਲੇ ਸੋਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ, ਜੋ ਦਿਨ ਆਵੇ ਹੈ ਸੋ ਦਿਨ ਜਾਹੀ, ਕਰਣਾ ਕੂਚ ਰਹਿਣ ਥਿਰ ਨਾਹੀ। ਓ ਨਾਨਕ ਦਇਆਲ ਸੁਆਮੀ, ਸੰਤ ਭਗਤ ਜਨ ਸੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਕਹਿੰਦੇ ਨੇ ਤੇਰੇ ਇਹ ਸਾਰੇ ਯਤਨ ਨਿਰਫਲ ਜਾਣਗੇ। ਉਹ ਮਾਲਕ ਸਭ ਕੁਛ ਜਾਣਦਾ ਹੈ, ਅਤੇ ਜਿਹੜੇ ਨਿਰਮਲ ਆਤਮਾ ਨਾਲ ਉਸ ਦੇ ਸਾਹਮਣੇ ਝੁਕ ਜਾਂਦੇ ਹਨ, ਜਿਹੜੇ ਦਿਲੋਂ ਉਸ ਪਰਬ੍ਰਹਮ ਪਰਮਾਤਮਾ ਨੂੰ ਅਰਾਧਦੇ ਹਨ, ਸਤਿਗੁਰ ਉਹਨਾਂ 'ਤੇ ਦਿਆਲ ਹੁੰਦੇ ਹਨ। ਜ਼ਿੰਦਗੀ ਦੇ ਮਾਰਗ 'ਤੇ ਚੱਲਣ ਦਾ ਸਤਿਗੁਰਾਂ ਦਾ ਇਹ ਸੰਦੇਸ਼ ਸਾਡੇ ਜ਼ਿੰਦਗੀ ਵਿੱਚ ਚਾਨਣ ਦੀ ਲੋੜ ਲੈ ਕੇ ਆਵੇ, ਅਤੇ ਅਸੀਂ ਰਹਿੰਦੇ ਸਾਹਾਂ ਵਿੱਚ ਉਸ ਹਜ਼ੂਰ ਦੇ ਉਪਦੇਸ਼ 'ਤੇ ਚੱਲਣ ਦਾ ਯਤਨ ਕਰੀਏ। ਸਰਦਾਰ ਜਸਵਿੰਦਰ ਸਿੰਘ ਧਾਲੀਵਾਲ ਜ਼ਿੰਦਗੀ ਦੀਆਂ 80 ਕੁ ਬਹਾਰਾਂ ਮਾਣ ਕੇ ਇਸ ਜਹਾਨੇ ਫਾਨੀ ਤੋਂ ਰੁਖਸਤ ਹੋ ਗਏ। ਅਮਨ ਦੇ ਲਈ ਬਾਪ ਦਾ ਸਿਰ ਦੇ ਉੱਪਰ ਸਾਇਆ ਉੱਠਣਾ ਇਸ ਸੰਸਾਰ ਦੇ ਵਿੱਚ ਹਰ ਬੱਚੇ ਦੇ ਲਈ ਬੜਾ ਔਖਾ ਹੈ। ਬਾਪ ਹੀ ਉਹ ਵਿਸ਼ਵਾਸ ਹੁੰਦਾ ਜਿਸ 'ਤੇ ਸਾਰੇ ਬੱਚੇ ਜ਼ਿੰਦਗੀ ਨੂੰ ਅੱਗੇ ਚੱਲਦੇ ਨੇ। ਉਹਨਾਂ ਨੂੰ ਕਿਸੇ ਗੱਲ ਦੀ ਪਰਵਾਹ ਤੱਕ ਨਹੀਂ ਹੁੰਦੀ। ਨਦੀ ਨੂੰ ਪਾਰ ਕਰਦੇ ਹੋਏ ਬੱਚੇ ਜਦੋਂ ਨਦੀ ਦਾ ਪਾਣੀ ਵਧਿਆ ਤਾਂ ਉਸਨੇ ਕਿਹਾ ਕਿ ਪਿਤਾ ਜੀ ਮੇਰਾ ਹੱਥ ਛੱਡੋ, ਮੈਂ ਤੁਹਾਡਾ ਹੱਥ ਫੜਦਾ ਨਹੀਂ। ਬਾਪ ਨੇ ਕਿਹਾ ਕਿ ਪੁੱਤਰ ਇੱਕੋ ਹੀ ਗੱਲ। ਕਹਿੰਦੇ ਨਹੀਂ, ਇੱਕੋ ਗੱਲ ਨਹੀਂ, ਮੈਨੂੰ ਪਤਾ ਹੈ ਕਿ ਜਦੋਂ ਔਖਾ ਅੱਗੇ ਸਮਾਂ ਆ ਗਿਆ ਤੁਸੀਂ ਆਪਣੀ ਜਾਨ 'ਤੇ ਖੇਲ ਵੀ ਜਾਓਗੇ, ਮੇਰੇ ਲਈ ਮੇਰਾ ਹੱਥ ਨਹੀਂ ਛੱਡੋ। ਮੈਨੂੰ ਪਤਾ ਕਿ ਮੈਂ ਤੁਹਾਡਾ ਹੱਥ ਛੱਡ ਸਕਦੀ ਹਾਂ, ਤੁਸੀਂ ਮੇਰਾ ਹੱਥ ਨਹੀਂ ਛੱਡੋ। ਉਹ ਵਿਸ਼ਵਾਸ ਹੁੰਦਾ ਬਾਪ ਦਾ, ਅੱਜ ਉਹ ਵਿਸ਼ਵਾਸ ਭਰਿਆ ਹੱਥ ਗਗਨ ਦੇ ਅਮਨ ਦੇ ਹੱਥਾਂ ਦੇ ਵਿੱਚੋਂ ਤਿਲਕ ਗਿਆ। ਪਰੰਤੂ ਉਮੀਦ ਰੱਖਾਂਗੇ ਕਿ ਉਹਨਾਂ ਦੇ ਉਸ ਖੁਸ਼ਬੂ ਭਰੀ, ਜਿਸ ਤਰ੍ਹਾਂ ਅਡਾਰੀ ਸਾਹਿਬ ਨੇ ਜ਼ਿਕਰ ਕੀਤਾ, ਉਹਨਾਂ ਦੀ ਖੁਸ਼ਬੂ ਨੂੰ ਬਰਕਰਾਰ ਰੱਖਦੇ ਹੋਏ ਉਸੇ ਕਦਮਾਂ ਦੇ ਉੱਪਰ ਚੱਲਣ ਦੀ ਸ਼ਕਤੀ ਅਤੇ ਤਾਕਤ ਮਿਲੇਗੀ। ਸਾਡੇ ਸਤਿਕਾਰਯੋਗ ਮਾਮੀ ਜੀ, ਜਿਨ੍ਹਾਂ ਦਾ ਮੈਂ ਸਮਝਦਾ ਸਾਰੇ ਦਾ ਸਾਰਾ ਜੀਵਨ ਆਪਣੇ ਉਸ ਜੀਵਨ ਸਾਥੀ ਲਈ ਜਿਨ੍ਹਾਂ ਨੇ ਆਪਣੇ ਆਪ ਨੂੰ ਸਮਰਪਣ ਕੀਤਾ, ਉਹਨਾਂ ਲਈ ਵੀ ਬਹੁਤ ਮੁਸ਼ਕਲ ਅਤੇ ਕਠਿਨ ਹੈ। ਪਰਮਾਤਮਾ ਨੇ ਉਹਨਾਂ ਨੂੰ ਬਹੁਤ ਬਖਸ਼ਿਸ਼ ਕੀਤੀ ਹੈ ਬੜੀ ਸੁੰਦਰ ਆਵਾਜ਼ ਦੀ, ਅਤੇ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਉਹ ਸੁੰਦਰ ਆਵਾਜ਼ ਦੇ ਨਾਲ ਆਪਣੇ ਜੀਵਨ ਸਾਥੀ ਦੇ ਵਿਯੋਗ ਦੇ ਯਾਦਾਂ ਆਪਣੀ ਉਸ ਮਿੱਠੀ ਆਵਾਜ਼ ਦੇ ਵਿੱਚ ਸਮੋ ਕੇ ਸਾਡੀ ਝੋਲੀ ਨੂੰ ਉਹਨਾਂ ਦੀਆਂ ਯਾਦਾਂ ਨਾਲ ਹੋਰ ਵੀ ਮਹਿਕ ਭਰਿਆ ਕਰਨਗੇ, ਜਿਸ ਦੇ ਨਾਲ ਉਹਨਾਂ ਦਾ ਆਪਣਾ ਵੀ ਜਿਹੜਾ ਦੁੱਖ ਹੈ ਅਤੇ ਆਪਣਾ ਵੀ ਉਸ ਜੀਵਨ ਸਾਥੀ ਦੇ ਲਈ ਸਾਹ ਦਾ ਹਰ ਭਰੀ ਅਤੇ ਘੱਟਦਾ ਅਹਿਸਾਸ, ਆਪਣੇ ਕੋਲ ਹੋਣ ਦਾ ਅਹਿਸਾਸ ਜ਼ਿੰਦਗੀ 'ਚ ਉਹਨਾਂ ਦੇ ਲਈ ਬਣਿਆ ਰਹੇਗਾ। ਮੈਂ ਤੁਹਾਡੇ ਸਾਰਿਆਂ ਦਾ ਲਾ ਲੈਣੀ ਆ ਇਹਦੇ ਨਾਲ ਜਿੱਥੋਂ
ਹੈ ਚਲੋ ਸਾਂ ਹੈ ਹਾਂ ਬੰਬੇ ਤੋਂ ਸਿਸਟਮ ਔਰ ਕੈਸਟਾ ਸੀਗਾ ਕੋਈ ਬੈਠਾ ਤੇਲ ਕਰੇ
Oh,
Oh.
Thank you.
ਤੇ ਆਸਰ ਗਮ ਬੈਠੇ ਇੱਥੇ ਬੈਸ ਗਿਆ ਕਿਸੇ ਆਸਰ ਗਮ ਬੈਠੇ ਇੱਥੇ ਬੈਸ ਗਿਆ ਸੱਜਣ ਮੇਰੇ ਰੰਗ ਲੈ ਜਾਏ ਸੁੱਤੇ ਜੀਰਾਣ ਸੱਜੇ ਜਾਏ ਸੁੱਤੇ ਜੀਰਾਣ ਧੰਨ ਗੋਬਿੰਦ ਯਾਰ ਫੁੱਲੜਾ
ਜੈਸੀ ਰਹਿਣ ਪ੍ਰਭੂ ਉਠ ਚਲ ਸਹਿ ਪ੍ਰਭਾਤ ਕਿਆ ਤੂੰ ਰੱਬਾ ਗ੍ਰਸਤ ਸਿਉਂ ਸਭ ਫੁੱਲਾਂ ਦੀ ਬਾਗਾ ਦੇ ਮਹਾਂਵਾਕ ਅਨੁਸਾਰ ਰਹਿਣ ਨਾ ਪਾਵੇ ਸੁਰਨ ਦੇਵਾ ਊਠ ਸਿਧਾਰੇ ਕਰਮੋਜਨ ਸੇਵਾ ਜੀਵ ਪੇਖੇ ਜਿਨੀ ਹਰ ਹਰ ਧਿਆਇਆ ਸਾਧ ਸੰਗ ਜਿਨੀ ਦਰਸ਼ਨ ਪਾਇਆ ਦੇ ਮਹਾਂਵਾਕ ਅਨੁਸਾਰ ਇਹ ਜੋ ਜਗਤ ਮੁਸਾਫਰ ਖਾਨਾ ਹੈ ਇੱਥੋਂ ਸਭ ਨੇ ਇੱਕ ਦਿਨ ਚਲੇ ਜਾਣਾ ਹੈ ਕਰਮ ਚੰਗੇ ਕਰਮ ਕਮਾ ਕੇ ਇਸ ਜਹਾਨ ਤੋਂ ਜਾਣ ਵਾਲੇ ਬਣੀਏ ਨਾਮ ਬਾਣੀ ਦਾ ਉਪਦੇਸ਼ ਲੈ ਕੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਆਪਾਂ ਅਰਦਾਸ ਬੇਨਤੀ ਕਿ ਸਤਿਗੁਰੂ ਜੀ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨਾ ਪਿੱਛੇ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਜੀ ਸਵਾਓ ਇੱਥੇ ਹੀ ਸਮਾਪਤੀ ਹੈ ਅਨੰਦ ਸਾਹਿਬ ਜੀ ਦੇ ਛੇ ਪੌੜੀਆਂ ਦੇ ਜਾਪ ਕਰਕੇ ਸੋਪਣ ਅੰਤਮ ਅਰਦਾਸ ਦੇ ਵਿੱਚ ਸਮੂਹ ਸੰਗਤ ਨੇ ਜੁੜਨਾ ਹੈ ਸਵਾਓ ਜੀ ਰਾਮ ਕਰੀ ਅਨੰਦ ਸਾਹਿਬ ਜੀ ਦੇ ਨਾਲ ਰਾਮ ਕਲੀ ਮਹੱਲਾ ਤੀਜਾ ਅਨੰਦ ਓਂਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ Thank you.
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਗਲ ਸਮਗਰੀ ਤੁਮਰੈ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਤੁਰੇ ਆ ਗਏ ਅਰਦਾਸ ਹਮਾਰੀ ਜੀਓ ਕਹੋ ਨਾਨਕ ਸਭ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓਵੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਮਨ ਦਿਆਵੈ ਧਾਈ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਥਾਈ ਹੋਣਾ ਜੀ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਜਬਰ ਛਤਰ ਤਖਤ ਕੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਉਦੇਸ਼ ਜੀ ਦਾ ਧਿਆਨ ਧਰ ਕੇ ਬੋਲੋ ਜੀ ਸਤਿਗੁਰਾਂ ਦੇ ਸਾਜੇ ਵਾਜੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਅੱਖੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਨਾਮ ਕਾ ਸਦਕਾ ਵੰਡ ਕੇ ਛਕਿਆ ਦੇਖ ਚਲਾਈ ਦੇਗ ਵਾਹੀ ਦੇਖ ਸੁਣਿਆ ਅਣਡਠ ਕੀਤਾ ਭਾਣਾ ਮੰਨਿਆ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਇਹਨਾਂ ਸ਼ਹੀਦ ਸਿੰਘ ਸਿੰਘਣੀਆਂ ਭੁਜੰਗੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਪ੍ਰਥਮ ਸਮੂਹ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਿੱਤੇ ਆਵੇ ਜਿੱਤਾ ਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਿਸ਼ਿਆ ਰਿਹਾ ਹੈ ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਨਾਨਾ ਸਰਦਾਨ ਰਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਜੀ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪੰਥ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਦਾਨ ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ ਰਹਿਣ ਨਾ ਪਾਵੈ ਸੁਰਨਰ ਦੇਵਾ ਉੱਠ ਸਿਧਾਰੇ ਕਰ ਮੁੰਜਣ ਸੇਵਾ ਜੀਵਤ ਵੇਖੇ ਜਿਨੀ ਹਰ ਹਰ ਧਿਆਇਆ ਸਾਧ ਸੰਗਤ ਨੇ ਦਰਸ਼ਨ ਪਾਇਆ ਜੈਸੇ ਜਲਦੇ ਬੁੱਧ ਬੁਧਾ ਉਪਜੈ ਬਿਨਸੈ ਨੀਤ ਜਗ ਰਚਨਾ ਤੈਸੇ ਰਜੀ ਕਹੋ ਨਾਨਕ ਸੁਨ ਮੀਤ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰ ਕਰਦੇ ਸਾਜੇ ਨਵਾਜੇ ਸਿਉ ਪਿਆਰ ਸਰਦਾਰ ਜਸਵਿੰਦਰ ਸਿੰਘ ਜੀ ਸੱਚੇ ਪਾਤਸ਼ਾਹ ਜੀ ਧਾਲੀਵਾਲ ਆਪ ਜੀਆਂ ਦੀ ਬਖਸ਼ੀ ਹੋਈ ਆਰਜਾਂ ਨੂੰ ਭੋਗਦਿਆਂ ਸੱਚੇ ਪਾਤਸ਼ਾਹ ਇਸ ਸੰਸਾਰ ਤੋਂ ਪਿਛਲੇ ਦਿਨੀ ਆਪ ਜੀ ਦੇ ਹੁਕਮ ਅਨੁਸਾਰ ਸੱਚੇ ਪਾਤਸ਼ਾਹ ਆਰਜਾ ਭੋਗ ਕਰਕੇ ਸੱਚੇ ਪਾਤਸ਼ਾਹ ਸੰਸਾਰ ਤੋਂ ਕੱਲ੍ਹ ਚਲਾਣਾ ਕਰਕੇ ਸਰਦਾਰ ਜਸਵਿੰਦਰ ਸਿੰਘ ਜੀ ਧਾਲੀਵਾਲ ਜੀਆਂ ਦੀ ਆਤਮਕ ਸ਼ਾਂਤੀ ਲਈ ਉਹਨਾਂ ਦੇ ਰੂਹ ਦੀ ਕਲਿਆਣ ਲਈ ਰੂਹ ਦੀ ਭਲੇ ਲਈ ਸੱਚੇ ਪਾਤਸ਼ਾਹ ਅਰਦਾਸ ਬੇਨਤੀ ਦੁਆਰਾ ਸਮੂਹ ਧਾਲੀਵਾਲ ਪਰਿਵਾਰ ਵੱਲੋਂ ਅਰਦਾਸ ਬੇਨਤੀ ਦੁਆਰਾ ਸੱਚੇ ਪਾਤਸ਼ਾਹ ਨੂੰ ਬੇਟੇ ਭਾਈ ਗਗਨਦੀਪ ਸਿੰਘ ਧਾਲੀਵਾਲ ਅਮਨਦੀਪ ਸਿੰਘ ਧਾਲੀਵਾਲ ਸੱਚੇ ਪਾਤਸ਼ਾਹ ਸਮੂਹ ਪਰਿਵਾਰ ਨੇ ਰਲ ਮਿਲ ਕਰਕੇ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਦੁਆਰਾ
ਆਪਣੇ ਗ੍ਰਹਿ ਵਿਖੇ ਪਾਵਨ ਬਾਣੀ ਦੇ ਜਾਪ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ, ਪਰਸੋਂ ਰੋਜ਼ ਤੋਂ ਸੁਬਾਹ ਗੁਰਬਾਣੀ ਦੇ ਪਾਠ ਪੜ੍ਹ ਕਰਕੇ ਭੋਗ ਪਾਏ ਗਏ। ਉਪਰੰਤ ਆਪਣੀਆਂ ਦੀ ਪਾਵਨ ਹਜ਼ੂਰ ਸੱਚੇ ਪਾਤਸ਼ਾਹ ਆਪ ਸੰਤਾਂ ਨੂੰ ਖੁੱਲ੍ਹੇ ਪੰਡਾਲ ਵਿੱਚ ਦਰਸ਼ਨ ਦੀਦਾਰੇ ਬਖਸ਼ਿਸ਼ ਕਰ ਰਹੇ ਹੋ। ਆਪ ਜੀਆਂ ਦੀ ਸਜੀ ਹੋਈ ਪਾਵਨ ਹਜ਼ੂਰੀ ਸਰਦਾਰ ਜਸਵਿੰਦਰ ਸਿੰਘ ਜੀ ਧਾਲੀਵਾਲ ਜੀ ਅਤੇ ਨਿਮਿਤ ਸੱਚੇ ਪਾਤਸ਼ਾਹ ਜੀ ਰਾਗੀ ਸਿੰਘਾਂ ਵੱਲੋਂ ਅਲਾਹੀ ਬਾਣੀ ਦੇ ਕੀਰਤਨ ਹੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਕੀਤੇ ਨੂੰ ਗੁਰਬਾਣੀ ਪੜ੍ਹਦਿਆਂ ਗੁਰਮਤਿ ਵਿਚਾਰ ਕਰਦਿਆਂ ਕੀਰਤਨ ਕਰਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁਲਾ ਹੋ ਗਈਆਂ ਹੋਣਗੀਆਂ। ਸੱਚੇ ਪਾਤਸ਼ਾਹ ਜੀ ਅਣਜਾਣ ਬੱਚੇ ਜਾਣ ਕਰਕੇ ਮਾਫ਼ ਕਰਨਾ ਕੋਲ ਇਸ ਮਤ ਬਖਸ਼ਣੀ ਸ਼ੁੱਧ ਬਾਣੀ ਬਣਨ ਦੀ ਮਤ ਬੋਧ ਬਖਸ਼ਣੀ ਕੀਰਤਨ ਕਥਾ ਵਿਚਾਰ ਕਰਨ ਦੇ ਵੱਲ ਉੱਤਮ ਬਖਸ਼ਿਸ਼ ਕਰਨੇ। ਪੜ੍ਹੀ ਸੁਣੀ ਗੁਰਬਾਣੀ ਦਾ ਮਹਾਤਮ ਸੱਚੇ ਪਾਤਸ਼ਾਹ ਵਿਚਲੀ ਰੂਹ ਸਰਦਾਰ ਸੁੰਦਰ ਸਿੰਘ ਧਾਲੀਵਾਲ ਜੀ ਦੀ ਆਤਮਾ ਨੂੰ ਬਖਸ਼ਿਸ਼ ਕਰਨਾ, ਉਹਨਾਂ ਦੀ ਆਤਮਾ ਵਾਹਵਾ ਗਾਉਣ ਦੇ ਚੱਕਰਾਂ ਤੋਂ ਬਚਾ ਕਰਕੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਸ਼ ਕਰਨਾ, ਪਿੱਛੇ ਸਮੂਹ ਪਰਿਵਾਰ ਦੇ ਸਿੱਟੇ ਮੇਰ ਪ੍ਰਯਾਤ ਰੱਖਣਾ, ਪਰਿਵਾਰ ਨੂੰ ਚੜ੍ਹਦੀ ਕਲਾ ਅਤੇ ਆਪ ਜੀ ਦੇ ਚਰਨਾਂ ਦਾ ਪਿਆਰ ਭਰੋਸਾ ਬਖਸ਼ਿਸ਼ ਕਰਨਾ। ਬੇਅੰਤ ਸਾਕ ਸੰਬੰਧੀ ਰਿਸ਼ਤੇਦਾਰ ਸੰਗਤਾਂ ਨੇ ਦੂਰੋਂ ਨੇੜਿਓਂ ਚੱਲ ਕਰਕੇ ਸੱਚੇ ਪਾਤਸ਼ਾਹ ਜੀ ਸਵਰਗਵਾਸੀ ਸਰਦਾਰ ਸੁੰਦਰ ਸਿੰਘ ਧਾਲੀਵਾਲ ਜੀ ਦੀ ਅੰਤਮ ਅਰਦਾਸ ਵਿੱਚ ਹਾਜ਼ਰੀ ਲਵਾਈਆਂ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ, ਸਮੂਹ ਸੰਗਤ ਨੂੰ ਨਾਮ ਬਾਣੀ ਜੀ ਦਾਤ ਬਖਸ਼ਣੀ, ਆਪ ਜੀ ਦੇ ਚਰਨਾਂ ਦਾ ਪਿਆਰ ਅਤੇ ਭਰੋਸਾ ਬਖਸ਼ਣਾ, ਸਭ ਸੰਗਤ ਦੇ ਸਿੱਟੇ ਮੇਰੇ ਪ੍ਰਯਾਤ ਰੱਖਣਾ। ਸੱਚੇ ਪਾਤਸ਼ਾਹ ਜੀ ਸੇਵਕ ਪਰਿਵਾਰ ਕੋਲੋਂ, ਗ੍ਰੰਥੀ ਸਿੰਘਾਂ ਕੋਲੋਂ, ਰਾਗੀ ਕੋਲੋਂ, ਰਾਗੀ ਸਿੰਘਾਂ ਕੋਲੋਂ ਸੱਚੇ ਪਾਤਸ਼ਾਹ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਕਿਸੇ ਪ੍ਰਕਾਰ ਦੀ ਗਲਤੀ ਭੁੱਲ ਚੁੱਕ ਹੋ ਗਈ ਹੋਵੇ, ਅਣਜਾਣ ਬੱਚੇ ਜਾਣ ਕਰਕੇ ਮਾਫ਼ ਕਰਨਾ ਕੋਲ ਸਮਰਥ ਬਖਸ਼ਿਸ਼ ਕਰਿਓ। ਆਪ ਜੀਆਂ ਦੀ ਪਾਵਨ ਹਜ਼ੂਰੀ ਸੱਚੇ ਪਾਤਸ਼ਾਹ ਜੀ ਭਾਈ ਗਗਨਦੀਪ ਸਿੰਘ ਧਾਲੀਵਾਲ, ਅਮਨਦੀਪ ਸਿੰਘ ਧਾਲੀਵਾਲ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਸਜਾ ਕਰਕੇ ਹਾਜ਼ਰ ਕੀਤੀਆਂ, ਆਪ ਜੀਆਂ ਦੇ ਦਰ ਤੇ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀ ਸਕੇ। ਸਤਨਾਮ ਸ੍ਰੀ ਵਾਹਿਗੁਰੂ ਜਪੇ ਸੱਚੇ ਪਾਤਸ਼ਾਹ ਜੀ। ਆਪ ਆਪਣੇ ਅਲਾਹੀ ਹੁਕਮਨਾਮੇ ਬਖਸ਼ ਕਰਕੇ ਸਮੂਹ ਸੰਗਤ ਨੂੰ ਕਰਤਾਰਥ ਕਰੋ, ਹੁਕਮਨਾਮਿਆਂ ਦੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰਨੀ। ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਦਾ ਪਿਆਰ ਭਰੋਸਾ ਬਖਸ਼ਿਸ਼ ਕਰਨਾ। ਸਹੀ ਪਿਆਰੇ ਮਿਲਣੇ ਜਿਹਨਾਂ ਮਿਲਿਆ, ਆਪ ਜੀ ਕਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਹਾਨੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਗੁਰੂ ਗਰੀਬ ਨਿਵਾਜ, ਜੋ ਦਿਨ ਆਵਹਿ ਸੋ ਦਿਨ ਜਾਹੀ, ਕਰਣਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਭੀ ਚਲਣਾ, ਦੂਰ ਗਵਨ ਸਿਰ ਉੱਪਰ ਮਰਨਾ, ਕਿਆ ਤੂੰ ਸੋਇਆ ਜਾਗ ਅਨਾ, ਤੈ ਜੀਵਨ ਜਗ ਸਚ ਕਰ ਜਾਣਾ, ਹਰ ਜਸ ਰੀ ਮਨਾ ਗਾਈ ਲੈ, ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ, ਜਿਸ ਬਾਸ ਬੈਠੇ ਆ ਸੋ ਜੀ ਹੈ, ਸਭਨਾ ਦਾ ਬੇਸਾ, ਸਤਨਾਮ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ, ਯਤਨ ਕਰੈ ਮਾਨੁਖ ਲਹਿ ਕਾਵੈ, ਉਹ ਅੰਤਰ ਜਾਮੀ ਜਾਣੈ, ਪਾਪ ਕਰੇ ਕਰ ਮੁਕਰ ਪਾਵੈ, ਭੇਖ ਕਰੈ ਨਿਰਵਾਨੈ, ਯਤਨ ਕਰੈ ਮਾਨੁਖ ਨਹਿ ਕਾਵੈ, ਉਹ ਅੰਤਰ ਜਾਮੀ ਜਾਣੈ, ਪਾਪ ਕਰੇ ਕਰ ਮੁਕਰ ਪਾਵੈ, ਭੇਖ ਕਰੈ ਨਿਰਵਾਨੈ, ਜਾਣਤ ਦੂਰ ਤੁਬੈ ਪ੍ਰਭ ਨੀਰ,
ਉਤ ਤਾਕ ਹੈ ਉਤ ਤੇ ਉਤ ਪੇਖ ਹੈ ਆਵੈ ਲੋਭੀ ਫੇਰ ਰਹਾਓ ਜਬ ਲਗ ਤੁੰਡਾ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਜਬ ਲਗ ਤੁੰਡਾ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰਸੰਗਤ ਸਰੂਪ ਗੁਰ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਵੇਂ ਨਾਨਕ ਆਪਣੇ ਪਵਿੱਤਰ ਹੁਕਮਨਾਮੇ ਵਿੱਚ ਚਤਰਾਈਆਂ ਕਰਦਾ, ਪਾਪ ਕਰਦਾ, ਭੇਖ ਕਰਦਾ, ਇਹ ਸਮਝਦਾ ਨੂੰ ਕੋਈ ਧੋਖਾ ਦੇ ਦੇਵੇਗਾ। ਸਤਿਗੁਰੂ ਕਹਿੰਦੇ ਨੇ ਤੇਰੇ ਇਹ ਸਾਰੇ ਯਤਨ ਨਿਰਫਲ ਜਾਣਗੇ। ਉਹ ਮਾਲਕ ਸਭ ਕੁਛ ਜਾਣਦਾ ਹੈ ਅਤੇ ਜਿਹੜੇ ਨਿਰਮਲ ਆਤਮਾ ਨਾਲ ਉਸ ਦੇ ਸਾਹਮਣੇ ਝੁਕ ਜਾਂਦੇ ਹਨ, ਜਿਹੜੇ ਦਿਲੋਂ ਉਸ ਪਰਬ੍ਰਹਮ ਪਰਮਾਤਮਾ ਨੂੰ ਅਰਾਧਦੇ ਹਨ, ਸਤਿਗੁਰ ਉਹਨਾਂ 'ਤੇ ਦਿਆਲ ਹੁੰਦੇ ਹਨ। ਜ਼ਿੰਦਗੀ ਦੇ ਮਾਰਗ 'ਤੇ ਚੱਲਣ ਦਾ ਸਤਿਗੁਰਾਂ ਦਾ ਇਹ ਸੰਦੇਸ਼ ਸਾਡੇ ਜ਼ਿੰਦਗੀ ਵਿੱਚ ਚਾਨਣ ਦੀ ਲੋੜ ਲੈ ਕੇ ਆਵੇ ਅਤੇ ਅਸੀਂ ਰਹਿੰਦੇ ਸਾਹਾਂ ਵਿੱਚ ਉਸ ਹਜ਼ੂਰ ਦੇ ਉਪਦੇਸ਼ 'ਤੇ ਚੱਲਣ ਦਾ ਯਤਨ ਕਰੀਏ। ਸਰਦਾਰ ਜਸਵਿੰਦਰ ਸਿੰਘ ਧਾਲੀਵਾਲ ਜ਼ਿੰਦਗੀ ਦੀਆਂ 80 ਕੁ ਬਹਾਰਾਂ ਮਾਣ ਕੇ ਇਸ ਜਹਾਨੇ ਫਾਨੀ ਤੋਂ ਰੁਖਸਤ ਹੋ ਗਏ। ਅਹਿਮਦਗੜ੍ਹ ਦਾ ਆਲਾ ਦੁਆਲਾ ਉਹਨਾਂ ਦੀਆਂ ਉਹਨਾਂ ਕੀਰਤੀਆਂ ਦੀ ਗਵਾਹੀ ਭਰਦਾ ਜਿਹੜੀਆਂ ਇਸ ਪਰਿਵਾਰ ਨੇ ਚੁਗਿਰਦੇ ਦੇ ਵਿਕਾਸ ਲਈ ਕਾਢੀਆਂ। ਖਾਲਸਾ ਪੰਥ ਰਿਣੀ ਹੈ ਇਸ ਪਰਿਵਾਰ ਦਾ, ਜਿਨ੍ਹਾਂ ਦੇ ਪੁਰਖਿਆਂ 'ਚੋਂ ਸਤਿਕਾਰਤ ਬਾਬਾ ਬਘੇਲ ਸਿੰਘ ਜੀ ਨੇ ਦਿੱਲੀ ਦੇ ਲਾਲ ਕਿਲ੍ਹੇ 'ਤੇ ਫਤਿਹ ਕਰਕੇ ਉੱਥੇ ਕੇਸਰੀ ਪਰਚਮ ਲਹਿਰਾਇਆ ਸੀ। ਇਸ ਪਰਿਵਾਰ ਨੇ ਇਸ ਖਿੱਤੇ ਦੀ ਸੇਵਾ ਵਿੱਚ ਕੋਈ ਕਸਰ ਨਾ ਛੱਡੀ। ਉਹ ਰੇਲਵੇ ਸਟੇਸ਼ਨ ਹੋਵੇ, ਦਾਣਾ ਮੰਡੀ ਹੋਵੇ, ਵਿਦਿਆ ਦੇ ਕੇਂਦਰ ਹੋਣ, ਧਰਮ ਦੀ ਆਰਾਧਨਾ ਦੇ ਮੰਦਰ ਹੋਣ, ਜਾਂ ਜ਼ਿੰਦਗੀ ਨੂੰ ਅਲਵਿਦਾ ਕਹਿਣ ਵਾਲੀ ਭੂਮੀ ਹੋਵੇ, ਹਰ ਕਾਰਜ ਲਈ ਇਹਨਾਂ ਨੇ ਦਿਲ ਖੋਲ੍ਹ ਕੇ ਦਾਨ ਕੀਤੀ। ਜਿਸ ਦੇ ਭਰੇ ਹੋਏ ਵਿਹੜੇ ਸਰੋਵਰ ਸੀ ਮੁਹੱਬਤ ਦਾ, ਜਿਸ ਦੇ ਥਿੰਦਿਆਂ ਬੂਹਿਆਂ 'ਤੇ ਦਸਤਕ ਸੀ ਪਿਆਰਾਂ ਦੀ, ਜਿਸ ਦੇ ਨੈਣ ਸਿੱਲੇ ਸਨ, ਜਿਸ ਦੇ ਹੱਥ ਕੋਸੇ ਸਨ, ਜਿਸ ਦੇ ਬੋਲਾਂ ਅੰਦਰ ਲੈ ਸੀ ਕੋਈ ਆਬਸ਼ਾਰਾਂ ਦੀ, ਸਾਡਾ ਉਹ ਰੰਗਲਾ ਸੱਜਣ ਸਾਡੇ ਵਿੱਚ ਅੱਜ ਨਹੀਂ ਰਿਹਾ। ਕਦੇ ਜਦੋਂ ਲਕਸ਼ਮਣ ਮੂਰਛਿਤ ਹੋ ਗਿਆ, ਰਾਮ ਦੀਆਂ ਅੱਖਾਂ ਦਰਵਤ ਹੋ ਗਈਆਂ। ਸ਼੍ਰੀ ਰਾਮ ਸਭ ਕੁਝ ਜਾਣਦੇ ਸਨ, ਪਰ ਭਰਾ ਦੀ ਅਜਿਹੀ ਅਵਸਥਾ ਉਹਨਾਂ ਦੇ ਹਿਰਦੇ ਵਿੱਚੋਂ ਵੀ ਪਧਰ ਗਈ। ਅਤੇ ਮੈਂ ਵੇਖ ਰਿਹਾ
ਅੱਜ ਸਰਦਾਰ ਮਨਵਿੰਦਰ ਸਿੰਘ ਮਾਲੀ ਜਿਨ੍ਹਾਂ ਦਾ ਛੋਟਾ ਭਰਾ ਜ਼ਿੰਦਗੀ ਦੀ ਇਸ ਘੜੀ ਵਿੱਚ ਉਹਨਾਂ ਤੋਂ ਸਦਾ ਲਈ ਵਿਛੜ ਗਿਆ ਹੈ, ਉਹਨਾਂ ਦੇ ਹਿਰਦੇ ਵਿੱਚ ਵੀ ਅਸਹਿ ਦੁੱਖ ਹੈ। ਉਹਨਾਂ ਦੇ ਪਿਆਰੇ ਬੇਟੇ ਗਗਨ ਅਤੇ ਅਮਨ ਜਿਨ੍ਹਾਂ ਨੂੰ ਉਹਨਾਂ ਨੇ ਉਂਗਲੀ ਫੜ ਕੇ ਜੀਵਨ ਦੀ ਦਹਲੀਜ਼ 'ਤੇ ਤੁਰਨਾ ਸਿਖਾਇਆ, ਪਿਤਾ ਉਹ ਸਹਾਰਾ ਹੁੰਦਾ ਹੈ ਜਿਹਦੇ ਮੋਢੇ 'ਤੇ ਚੜ੍ਹ ਕੇ ਬੱਚਾ ਪਹਿਲੀ ਵਾਰੀ ਦੁਨੀਆ ਨੂੰ ਨਿਹਾਰਦਾ ਹੈ। ਉਹਨਾਂ ਨੂੰ ਜ਼ਿੰਦਗੀ ਦੀ ਸੇਧ ਦੇਣ ਵਾਲੇ ਅੱਜ ਸੰਸਾਰ 'ਚ ਨਹੀਂ ਰਹੇ, ਜਿਨ੍ਹਾਂ ਨਾਲ ਉਹਨਾਂ ਨੇ ਜ਼ਿੰਦਗੀ ਦੇ ਹਮ ਸਫ਼ਰ ਬਣ ਕੇ ਤੁਰਨ ਦਾ ਵਾਅਦਾ ਕੀਤਾ ਸੀ, ਉਹਨਾਂ ਦੇ ਦਰਦਾਂ ਦੀ ਪੀੜ ਵੀ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਪਰ ਸਾਡੇ ਕੋਲ ਅਰਦਾਸ ਤੋਂ ਸਿਵਾ ਕੋਈ ਚਾਰਾ ਵੀ ਨਹੀਂ। ਸਤਿਗੁਰੂ ਇਸ ਪਰਿਵਾਰ ਨੂੰ, ਇਸ ਚੁਗਿਰਦੇ ਨੂੰ, ਇਹਨਾਂ ਦੋਸਤਾਂ ਮਿੱਤਰਾਂ ਅਤੇ ਸੰਬੰਧੀਆਂ ਨੂੰ ਇਸ ਅਸਹਿ ਅਤੇ ਅਕਹਿ ਸਦਮੇ ਨੂੰ ਬਰਦਾਸ਼ਤ ਕਰਨ ਦਾ ਬਲ ਬਖਸ਼ਣਾ। ਉਹਨਾਂ ਦੇ ਪਿਆਰ ਦੀਆਂ ਕਹਾਣੀਆਂ ਬੜੀਆਂ ਲੰਮੀਆਂ, ਕਿਸੇ ਨੂੰ ਵੀ ਉਹ ਜਦੋਂ ਦੁਖੀ ਵੇਖਦੇ ਸਨ ਇੱਕ ਪਲ ਵੀ ਨਹੀਂ ਸੀ ਚਾਹੁੰਦੇ ਕਿ ਉਹਦੀ ਅੱਖ ਦਾ ਹੰਝੂ ਧਰਤੀ 'ਤੇ ਗਿਰੇ। ਸਰਦਾਰ ਜਸਵਿੰਦਰ ਸਿੰਘ ਧਾਲੀਵਾਲ ਯਤਨ ਕਰਦੇ ਸਨ ਕਿ ਚੁੱਪ ਕੇ ਜੇ ਮੈਂ ਉਹਦੀ ਕੋਈ ਮਦਦ ਕਰ ਲਵਾਂ, ਇੱਕ ਪਲ ਵੀ ਜਿਹੜਾ ਉਹਨਾਂ ਨੂੰ ਮਿਲ ਜਾਏ। ਜ਼ਿੰਦਗੀ ਦੇ ਆਖਰੀ ਪਲਾਂ ਤੱਕ ਉਹ ਭੁੱਲਣ ਵਾਲੇ ਨਹੀਂ ਸਨ। ਮੇਰੀ ਬੇਟੀ ਡਾਕਟਰ ਜੈਸਮੀਨ ਸ਼ਾਇਦ ਇਸ ਕੋਠੀ ਵਿੱਚ 15-20 ਮਿੰਟ ਇੱਕ ਦਿਨ ਉਹਨਾਂ ਨੂੰ ਮਿਲ ਕੇ ਗਈ। ਮੈਂ ਜਦੋਂ ਕੱਲ੍ਹ ਉਸ ਨਾਲੇ ਗੱਲ ਕੀਤੀ ਤਾਂ ਹੈਰਾਨ ਹੋ ਗਈ, ਜੱਸੀ ਮਾਮਾ ਜੀ ਨੂੰ ਕੀ ਹੋ ਗਿਆ? ਉਹਨਾਂ ਨੂੰ ਕੋਈ ਭੁੱਲ ਨਹੀਂ ਸੀ ਸਕਦਾ, ਜਿਹੜਾ ਵੀ ਉਹਨਾਂ ਨੂੰ ਮਿਲਿਆ ਉਹ ਸਦਾ ਲਈ ਉਸਦੇ ਹੋ ਗਏ। ਮੈਂ ਵੇਖ ਰਿਹਾ, ਮੈਂ ਅੱਜ ਕਹਿ ਰਿਹਾ ਸੀ ਅਮਨ ਨੂੰ, ਅਮਨ ਇਸ ਕੋਠੀ ਵਿੱਚ ਇੱਕ ਮਹਿਕ ਹੈ, ਇੱਕ ਖੁਸ਼ਬੂ ਹੈ ਜਿਹੜੀ ਤੁਹਾਡੇ ਪਿਤਾ ਨੇ ਬੜੀ ਮਿਹਨਤ ਨਾਲ ਪੈਦਾ ਕੀਤੀ ਹੈ। ਪੁੱਤਰ ਉਹਨੂੰ ਕਾਇਮ ਰੱਖਿਓ। ਤੁਹਾਡੀ ਮਾਤਾ ਦਾ ਦੁੱਖ ਉਸ ਤਰ੍ਹਾਂ ਤਾਂ ਨਹੀਂ ਵਡਾਇਆ ਜਾ ਸਕਦਾ, ਪਰ ਬੇਟਾ ਤੁਹਾਡੇ ਤੋਂ ਕਦੇ ਕੋਈ ਐਸੀ ਗੁਸਤਾਖੀ ਨਾ ਹੋਵੇ ਜਿਸ ਕਰਕੇ ਉਹਨਾਂ ਦੀਆਂ ਅੱਖਾਂ 'ਚ ਉਦਾਸੀ ਆਵੇ। ਇਹ ਜ਼ਿੰਮੇਵਾਰੀਆਂ ਹੁਣ ਤੁਹਾਡੀਆਂ। ਤੁਸੀਂ ਸਾਰੇ ਦੂਰ ਨੇੜੇ ਤੋਂ ਭਾਰੀ ਗਿਣਤੀ ਵਿੱਚ ਚੱਲ ਕੇ ਅੱਜ ਅੰਤਮ ਅਰਦਾਸ ਵਿੱਚ ਸ਼ਾਮਲ ਹੋਏ ਹੋ। ਉਸ ਰਾਂਗਲੇ ਸੱਜਣ ਨੂੰ ਆਪਣਾ ਸ਼ਰਧਾ ਅਤੇ ਸਤਿਕਾਰ ਭੇਟ ਕਰਨ ਲਈ ਬਹੁਤ ਸਾਰੀਆਂ ਸਭਾ ਸੁਸਾਇਟੀਆਂ ਵੱਲੋਂ ਉਹਨਾਂ ਦੇ ਚਲਾਣੇ ਉੱਤੇ ਸ਼ੋਕ ਦੇ ਸੰਦੇਸ਼ ਵੀ ਆਏ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਕਾਂਗਰਸ ਸਾਹਿਬ, ਖਾਸ ਕਰਕੇ ਸੁੰਦਰਪਾਲ ਸਿੰਘ ਜੀ ਸਿਬੀਆ, ਜਿਨ੍ਹਾਂ ਦੇ ਬੜੇ ਪਿਆਰੇ ਮਾਮਾ ਜੀ ਸਨ, ਉਹਨਾਂ ਦੀ ਨਾਲ ਆਪਣਾ ਦੁੱਖ ਸਾਂਝਾ ਕਰਦੇ। ਇੱਕ ਤਾਰਾ ਬੋਲੇ ਪੰਜਾਬੀ ਵੀਕਲੀ ਅਹਿਮਦਗੜ੍ਹ ਵੱਲੋਂ ਵੀ ਉਹਨਾਂ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਰਦਾਰ ਸੁਰਜੀਤ ਸਿੰਘ ਨੀਤੀਮਾਨ MLA ਹਲਕਾ ਅਮਰਗੜ੍ਹ ਸੰਗਰੂਰ, ਉਹਨਾਂ ਨੇ ਵੀ ਪਰਿਵਾਰ ਦੇ ਨਾਲ ਸੰਵੇਦਨਾ ਦਾ ਪ੍ਰਗਟਾਵਾ ਕੀਤਾ। ਵਿਕਟੋਰੀਆ ਪਬਲਿਕ ਸਕੂਲ ਅਤੇ ਕਾਲਜ ਵੱਲੋਂ ਵਿਦਿਆਰਥੀਆਂ ਅਤੇ ਸਟਾਫ ਨੇ ਸਰਦਾਰ ਜਸਵਿੰਦਰ ਸਿੰਘ ਦੇ ਕਾਰ ਚਲਾਣੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਗੌਰਮੈਂਟ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੇ ਜਗਜੀਤ ਇੰਦਰ ਸਿੰਘ ਜੀ ਖਾਸ ਤੌਰ 'ਤੇ ਸੰਗਰੂਰ ਤੋਂ ਆਪਣੀ ਸੁਸਾਇਟੀ ਦਾ ਸ਼ੋਕ ਸੰਦੇਸ਼ ਲੈ ਕੇ ਆਏ। ਗੁਰਦੁਆਰਾ ਸਾਹਿਬ ਪ੍ਰੇਮ ਬਸਤੀ ਸੰਤੋਖ ਸਰ ਵੱਲੋਂ ਵੀ ਸੰਗਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ। GHE ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਹਿਮਦਗੜ੍ਹ ਵੱਲੋਂ ਵੀ ਪ੍ਰਿੰਸੀਪਲ ਸਾਹਿਬ ਕਮੇਟੀ ਦੇ ਵਿਦਿਆਰਥੀਆਂ ਨੇ ਇਸ ਦੁੱਖ ਦੀ ਘੜੀ ਵਿੱਚ ਆਪਣੀ ਸੰਵੇਦਨਾ ਦਾ ਪ੍ਰਗਟਾਵਾ ਕੀਤਾ।
ਗੁਰੂ ਨਾਨਕ ਕੰਨਿਆ ਮਹਾਵਿਦਿਆਲਿਆ ਸੀਨੀਅਰ ਸੈਕੰਡਰੀ ਸਕੂਲ ਅਹਿਮਦਗੜ੍ਹ, ਪ੍ਰਿੰਸੀਪਲ ਸਾਹਿਬਾਂ ਅਤੇ ਸਾਰਾ ਹੀ ਸਟਾਫ ਇੱਕ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਆਪਣੀ ਸੰਵੇਦਨਾ ਪ੍ਰਗਟ ਕਰ ਰਿਹਾ ਹੈ। ਇੱਕ ਛੋਟੀ ਜਿਹੀ ਬੱਚੀ ਮੁੰਡੇ ਅਹਿਮਦਗੜ੍ਹ ਵੈਲਫੇਅਰ ਕਲੱਬ, ਵਿਕਟੋਰੀਆ ਗਰਲਸ ਕਾਲਜ, ਬਾਂਕੇ ਬਿਹਾਰੀ ਟਰੱਸਟ, ਇਹਨਾਂ ਸਾਰਿਆਂ ਵੱਲੋਂ ਉਸ ਪਿਆਰੇ ਸੱਜਣ ਦੀ ਯਾਦ ਵਿੱਚ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਬਹੁਤ ਸਾਰੀਆਂ ਪਿਆਰੀਆਂ ਸ਼ਖਸੀਅਤਾਂ ਇੱਥੇ ਹਾਜ਼ਰ ਹਨ, ਮੈਂ ਕਿਸ ਕਿਸ ਦਾ ਜ਼ਿਕਰ ਕਰਾਂ। ਤੁਸੀਂ ਸਾਰੇ ਹੀ ਪਰਿਵਾਰ ਦੇ ਨਾਲ ਸੰਵੇਦਨਾ ਪ੍ਰਗਟ ਕਰਨ ਲਈ ਆਏ ਹੋ। ਬਾਰ ਕੌਂਸਲ ਸੰਗਰੂਰ ਦੇ ਸਦਰ ਕਾਂਸਲ ਸਾਹਿਬ ਸਰ ਜਗਪਾਲ ਸਿੰਘ ਜੀ ਖੰਗੂੜਾ, ਜਨਰਲ ਸਕੱਤਰ ਪੰਜਾਬ ਕਾਂਗਰਸ ਕਮੇਟੀ ਸੰਗਰੂਰ ਹੈਰੀਟੇਜ ਵੱਲੋਂ ਕਰਮਵੀਰ ਜੀ ਸਿਬੀਆ ਅਤੇ ਜਿੰਦਲ ਸਾਹਿਬ ਵੀ ਸ਼ੋਕ ਦਾ ਸੰਦੇਸ਼ ਲੈ ਕੇ ਆਏ, ਹੋਰ ਵੀ ਬਹੁਤ ਸਾਰੀਆਂ ਸੁਸਾਇਟੀਆਂ ਆਈਆਂ, ਤੁਹਾਡੇ ਸਾਰਿਆਂ ਦਾ ਪਰਿਵਾਰ ਵੱਲੋਂ ਧੰਨਵਾਦ ਕਰਨਗੇ ਸਰਦਾਰ ਸੁੰਦਰਪਾਲ ਸਿੰਘ ਜੀ ਸਿਬੀਆ, ਸਾਬਕਾ MLA ਸੰਗਰੂਰ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਨ ਅਤੇ ਪਵਿੱਤਰ ਯੂਰੀਕ ਸਾਜੀ ਨਿਵਾਜੀ ਸਤਸੰਗ ਜੀ ਫਤਿਹ ਅਰਜ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਸੀਂ ਸਾਰੇ ਸਾਡੇ ਪਰਿਵਾਰ ਨਾਲ ਮੇਰੇ ਸਤਿਕਾਰਯੋਗ ਮਾਮਾ ਜੀ ਸਰਦਾਰ ਜਸਵਿੰਦਰ ਸਿੰਘ ਜੀ ਧਾਰੀਵਾਲ ਸਾਹਿਬ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਅਤੇ ਪਰਿਵਾਰ ਨੂੰ ਦਿਲਾਸਾ ਦੇਣ ਦੇ ਲਈ ਇੱਥੇ ਸਾਰੇ ਦੇ ਸਾਰੇ ਇਕੱਠ ਹੋ ਗਏ। ਮੇਰੇ ਤੋਂ ਪਹਿਲਾਂ ਉਡਾਰੀ ਸਾਹਿਬ ਨੇ ਪਰਿਵਾਰ ਦੇ ਬਾਰੇ ਅਤੇ ਮਾਮਾ ਜੀ ਦੀ ਉਸ ਸ਼ਖਸੀਅਤ ਦੇ ਬਾਰੇ, ਬੱਚਿਆਂ ਦੀਆਂ ਬਣਦੀਆਂ ਜ਼ਿੰਮੇਵਾਰੀਆਂ ਦੇ ਬਾਰੇ ਬਹੁਤ ਹੀ ਖੂਬਸੂਰਤ ਸ਼ਬਦਾਂ ਦੇ ਵਿੱਚ ਸਾਰੀਆਂ ਖਿਆਲ ਤੁਹਾਡੇ ਨਾਲ ਸਾਂਝੇ ਕੀਤੇ। ਮੌਤ ਜ਼ਿੰਦਗੀ ਦੀ ਮੰਜ਼ਿਲ ਹੈ, ਮੌਤ ਤੋਂ ਬਗੈਰ ਜ਼ਿੰਦਗੀ ਅਧੂਰੀ ਹੈ। ਇਹੋ ਜਿਹੀ ਖੇਡ ਜਿਸ ਦਾ ਕੋਈ ਗੇਮ ਗੋਲ ਪੋਸਟ ਹੀ ਨਾ ਹੋਵੇ, ਉਹ ਖੇਡ ਦੇ ਵਿੱਚ ਨਾ ਕੋਈ ਉਤੇਜਨਾ ਹੁੰਦੀ ਹੈ, ਨਾ ਹੀ ਉਸ ਦੇ ਵਿੱਚ ਕੋਈ ਇਹੋ ਜਿਹੀ ਭਾਵਨਾ ਹੁੰਦੀ ਹੈ ਜਿਸ ਦੇ ਵਿੱਚ ਜੋਸ਼ ਬਣਿਆ ਰਹੇ। ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਮੌਤ ਦੀ ਮੰਜ਼ਿਲ ਸਾਨੂੰ ਜੀਵਨ ਨੂੰ ਉਤਸ਼ਾਹ ਦੇ ਨਾਲ, ਕਿਸੇ ਅਰਥਪੂਰਨ ਢੰਗ ਦੇ ਨਾਲ ਜਿਉਣ ਦੀ ਜਾਚ ਸਿਖਾਉਂਦੀ। ਜਿਹੜੇ ਲੋਕ ਮੌਤ ਤੋਂ ਡਰਦੇ ਨੇ, ਮੌਤ ਨੂੰ ਭੁੱਲਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਦੀ ਜ਼ਿੰਦਗੀ ਹਉਮੈ ਭਰੀ ਜ਼ਿੰਦਗੀ ਹੁੰਦੀ ਹੈ, ਅਰਥਹੀਨ ਜ਼ਿੰਦਗੀ ਹੁੰਦੀ ਹੈ। ਅਤੇ ਜ਼ਿੰਦਗੀ ਜਿਉਂਦੇ ਵੀ ਇਸ ਢੰਗ ਦੇ ਨਾਲ ਨੇ ਕਿ ਜਿਵੇਂ ਕਦੇ ਮਰਨਾ ਨਾ ਹੋਵੇ, ਜਦੋਂ ਮਰਦੇ ਨੇ ਤਾਂ ਇਸ ਤਰ੍ਹਾਂ ਲੱਗਦਾ ਕਦੇ ਜੀਏ ਨਾ ਹੋਵੇ। ਜਿਹੜੇ ਲੋਕ ਜ਼ਿੰਦਗੀ ਨੂੰ ਯਾਦ ਰੱਖਦੇ, ਮੌਤ ਨੂੰ ਯਾਦ ਰੱਖਦੇ ਨੇ, ਮੌਤ ਨੂੰ ਹਰ ਘੜੀ ਆਪਣੇ ਨਜ਼ਦੀਕ ਸਮਝਦੇ ਨੇ, ਇਸ ਜ਼ਿੰਦਗੀ ਦੀ ਇਸ ਜੀਵਨ ਦਾ ਜਿਹੜੀ ਅਰਥ ਹੈ ਉਸ ਨੂੰ ਸਮਝਦੇ ਨੇ, ਉਹ ਜ਼ਿੰਦਗੀ ਦੇ ਵਿੱਚ ਸਦਾ ਹੀ ਪਿਆਰ ਅਤੇ ਮੁਹੱਬਤ ਦੇ ਰੰਗ ਘੋਲਦੇ ਨੇ, ਸ਼ਹਿਰ ਘੋਲਦੇ ਨੇ। ਉਹਨਾਂ ਦੀ ਸ਼ਖਸੀਅਤ ਦੇ ਵਿੱਚ ਮਿਠਾਸ ਹੁੰਦੀ ਹੈ ਜੋ ਵੀ ਉਹਨਾਂ ਦੇ ਨਾਲ ਆਉਂਦਾ, ਅਤੇ ਉਹਨਾਂ ਦੇ ਪਿਆਰ ਅਤੇ ਮੁਹੱਬਤ ਦੇ ਨਾਲ ਭੇਜਿਆ ਹੋਇਆ ਉਹਨਾਂ ਦੀਆਂ ਯਾਦਾਂ ਨੂੰ ਕਦੇ ਭੁਲਾ ਨਹੀਂ ਸਕਦਾ। ਉਹੀ ਲੋਕ ਹੁੰਦੇ ਨੇ ਜੋ ਸਮਾਜ ਦੇ ਲਈ, ਦੇਸ਼ ਦੇ ਲਈ, ਜ਼ਿੰਦਗੀ ਦੇ ਵਿੱਚ ਕੁਛ ਕਰ ਗੁਜ਼ਰਦੇ। ਸਰ ਜਸਵਿੰਦਰ ਸਿੰਘ ਜੀ ਬਾਰੇ ਬਹੁਤ ਕੁਛ ਕਹਿਣਗੇ। ਮੇਰੀ ਜ਼ਿੰਦਗੀ ਦਾ ਕੇਂਦਰ ਬਿੰਦੂ ਸੀ ਜਦੋਂ ਮੈਂ ਬੱਚਾ ਸੀ, ਮੈਨੂੰ ਬਾਪ ਦਾ ਪਿਆਰ ਵੀ ਮਿਲਿਆ, ਜਦੋਂ ਮੈਂ ਜਵਾਨ ਹੋਇਆ ਤਾਂ ਮੇਰੇ ਨਾਲ ਦੋਸਤਾਂ ਦਾ ਪਿਆਰ ਵੀ ਮਿਲਿਆ। ਜ਼ਿੰਦਗੀ ਦੀਆਂ ਅੱਗੇ ਵੱਧਦੇ ਹੋਏ ਕਦਮਾਂ ਦੇ ਵਿੱਚ ਮੇਰੇ ਲਈ ਮੇਰੇ ਪਥ ਪ੍ਰਦਰਸ਼ਕ ਸੀ, ਮੇਰੇ ਰਹਿਨੁਮਾ ਸੀ। ਮੈਂ ਸਮਝਦਾ ਕਿ ਮੈਂ ਜ਼ਿੰਦਗੀ ਦੇ ਵਿੱਚ ਜੋ ਕੁਛ ਵੀ ਹਾਂ ਉਹ ਸਿਰਫ ਮੇਰੀ ਮਾਂ ਅਤੇ ਮੇਰੇ ਮਾਮਾ ਜੀ ਕਰਕੇ, ਜੋ ਕੁਛ ਬੁਰਾਈ ਹੈ ਉਹ ਮੈਂ ਆਪ ਪਾ ਲਈ ਹੈ, ਲੇਕਿਨ ਜੇ ਕਿਸੇ ਨੂੰ ਕੋਈ ਚੰਗਾਈ ਦਿਖਦੀ ਹੋਵੇ ਉਸ ਦੇ ਵਿੱਚ ਮੇਰੇ ਮਾਮੇ ਦਾ ਬਹੁਤ ਵੱਡਾ ਹਿੱਸਾ ਹੈ। ਅਤੇ ਜੋ ਕੁਛ ਵੀ ਅੱਜ ਮੈਂ ਪਲਾਂ ਦੇ ਵਿੱਚ ਬਣਿਆ ਅਤੇ ਅੱਗੇ ਵੀ ਬਣਨ ਦੀ ਕੋਸ਼ਿਸ਼ ਕਰਦਾ, ਉਹ ਮੈਂ ਆਪਣੇ ਮਾਮੇ ਦੇ ਉਸ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਸਦਾ ਹੀ, ਜੋ ਉਹਨਾਂ ਨੇ ਮੈਨੂੰ ਇੱਕ ਪ੍ਰੇਰਣਾ ਦਿੱਤੀ, ਜੋਸ਼ ਦਿੱਤੀ, ਉਸ ਦੇ ਉੱਪਰ ਚੱਲਣ ਦੀ ਮੈਂ ਕੋਸ਼ਿਸ਼ ਕਰਦਾ। ਅਤੇ ਮੈਂ ਸਮਝਦਾ ਕਿ ਅੱਜ ਮੇਰੀ ਜ਼ਿੰਦਗੀ ਦੇ ਵਿੱਚ ਮੇਰਾ ਜ਼ਿੰਦਗੀ ਦਾ ਅੱਧਾ ਹਿੱਸਾ ਅੱਜ ਘੱਟ ਗਿਆ। ਬੱਚਿਆਂ ਦੇ ਲਈ ਬਹੁਤ ਮੁਸ਼ਕਲ ਹੈ, ਬੜਾ ਕਠਿਨ ਹੈ ਗਗਨ ਅਤੇ ਅਮਨ ਦੇ ਲਈ ਬਾਪ ਦਾ ਸਿਰ ਦੇ ਉੱਪਰ ਸਾਇਆ ਉੱਠਣਾ ਇਸ ਸੰਸਾਰ ਦੇ ਵਿੱਚ ਹਰ ਬੱਚੇ ਦੇ ਲਈ ਬੜਾ ਔਖਾ ਹੈ। ਬਾਪ ਹੀ ਉਹ ਵਿਸ਼ਵਾਸ ਹੁੰਦਾ ਜਿਸ ਦੇ ਸਹਾਰੇ ਬੱਚੇ ਜ਼ਿੰਦਗੀ ਨੂੰ ਅੱਗੇ ਚੱਲਦੇ ਨੇ, ਉਹਨਾਂ ਨੂੰ ਕਿਸੇ ਗੱਲ ਦੀ ਪਰਵਾਹ ਤੱਕ ਨਹੀਂ ਹੁੰਦੀ। ਨਦੀ ਨੂੰ ਪਾਰ ਕਰਦੀ ਹੋਈ ਬੱਚੀ ਜਦੋਂ ਨਦੀ ਦਾ ਪਾਣੀ ਵਧਿਆ ਤਾਂ ਉਸਨੇ ਕਿਹਾ ਕਿ ਪਿਤਾ ਜੀ ਮੇਰਾ ਹੱਥ ਛੱਡੋ, ਮੈਂ ਤੁਹਾਡਾ ਹੱਥ ਫੜਦਾ ਨਹੀਂ। ਬਾਪ ਨੇ ਕਿਹਾ ਕਿ ਪੁੱਤ ਇੱਕੋ ਹੀ ਗੱਲ, ਕਹਿੰਦੀ ਨਹੀਂ ਇੱਕੋ ਗੱਲ ਨਹੀਂ, ਮੈਨੂੰ ਪਤਾ ਹੈ
ਕਿ ਜਦੋਂ ਔਖਾ ਅੱਗੇ ਸਮਾਂ ਆ ਗਿਆ ਤੁਸੀਂ ਆਪਣੀ ਜਾਨ 'ਤੇ ਖੇਲ ਵੀ ਜਾਓਗੇ ਮੇਰੇ ਲਈ, ਮੇਰਾ ਹੱਥ ਨਹੀਂ ਛੱਡੋ। ਮੈਨੂੰ ਪਤਾ ਕਿ ਮੈਂ ਤੁਹਾਡਾ ਹੱਥ ਛੱਡ ਸਕਦੀ ਹਾਂ, ਤੁਸੀਂ ਮੇਰਾ ਹੱਥ ਨਹੀਂ ਛੱਡੋ। ਉਹ ਵਿਸ਼ਵਾਸ ਹੁੰਦਾ ਬਾਪ ਦਾ, ਅੱਜ ਉਹ ਵਿਸ਼ਵਾਸ ਭਰਿਆ ਹੱਥ ਗਗਨ ਦੇ ਅਮਨ ਦੇ ਹੱਥਾਂ ਦੇ ਵਿੱਚੋਂ ਤਿਲਕ ਗਿਆ। ਪਰੰਤੂ ਉਮੀਦ ਰੱਖਾਂਗੇ ਕਿ ਉਹਨਾਂ ਦੇ ਉਸ ਖੁਸ਼ਬੂ ਭਰੀ, ਜਿਸ ਤਰ੍ਹਾਂ ਅਡਾਰੀ ਸਾਹਿਬ ਨੇ ਜ਼ਿਕਰ ਕੀਤਾ, ਉਹਨਾਂ ਦੀ ਖੁਸ਼ਬੂ ਨੂੰ ਬਰਕਰਾਰ ਰੱਖਦੇ ਹੋਏ ਉਸੇ ਕਦਮਾਂ ਦੇ ਉੱਪਰ ਚੱਲਣ ਦੀ ਸ਼ਕਤੀ ਅਤੇ ਤਾਕਤ ਮਿਲੇਗੀ। ਸਾਡੇ ਸਤਿਕਾਰਯੋਗ ਮਾਮੀ ਜੀ, ਜਿਨ੍ਹਾਂ ਦਾ ਮੈਂ ਸਮਝਦਾ ਸਾਰੇ ਦਾ ਸਾਰਾ ਜੀਵਨ ਆਪਣੇ ਉਸ ਜੀਵਨ ਸਾਥੀ ਲਈ ਜਿਨ੍ਹਾਂ ਨੇ ਆਪਣੇ ਆਪ ਨੂੰ ਸਮਰਪਣ ਕੀਤਾ, ਉਹਨਾਂ ਲਈ ਵੀ ਬਹੁਤ ਮੁਸ਼ਕਲ ਅਤੇ ਕਠਿਨ ਹੈ। ਪਰਮਾਤਮਾ ਨੇ ਉਹਨਾਂ ਨੂੰ ਬਹੁਤ ਬਖਸ਼ਿਸ਼ ਕੀਤੀ ਹੈ, ਬੜੀ ਸੁੰਦਰ ਆਵਾਜ਼ ਦੀ, ਅਤੇ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਉਸ ਸੁੰਦਰ ਆਵਾਜ਼ ਦੇ ਨਾਲ ਆਪਣੇ ਜੀਵਨ ਸਾਥੀ ਦੇ ਵਿਯੋਗ ਦੇ ਯਾਦਾਂ ਆਪਣੀ ਉਸ ਮਿੱਠੀ ਆਵਾਜ਼ ਦੇ ਵਿੱਚ ਸਮੋ ਕੇ ਸਾਡੀ ਝੋਲੀ ਨੂੰ ਉਹਨਾਂ ਦੀਆਂ ਯਾਦਾਂ ਨਾਲ ਹੋਰ ਵੀ ਮਹਿਕ ਭਰਿਆ ਕਰਨਗੇ, ਜਿਸ ਦੇ ਨਾਲ ਉਹਨਾਂ ਦਾ ਆਪਣਾ ਵੀ ਜਿਹੜਾ ਦੁੱਖ ਹੈ ਅਤੇ ਆਪਣਾ ਵੀ ਉਸ ਜੀਵਨ ਸਾਥੀ ਦੇ ਲਈ ਸਾਥ ਦਾ ਹਰ ਪਲੀ ਅਤੇ ਘੱਟਦਾ ਅਹਿਸਾਸ, ਆਪਣੇ ਕੋਲ ਹੋਣ ਦਾ ਅਹਿਸਾਸ ਜ਼ਿੰਦਗੀ 'ਚ ਉਹਨਾਂ ਦੇ ਲਈ ਬਣਿਆ ਰਹੇਗਾ। ਮੈਂ ਤੁਹਾਡੇ ਸਾਰਿਆਂ ਦਾ ਰਿਣੀ ਹਾਂ ਕਿ ਤੁਸੀਂ ਸਾਰਿਆਂ ਨੇ ਇਸ ਔਖੇ ਵਕਤ ਦੇ ਵਿੱਚ ਸਾਡੇ ਮੋਢਿਆਂ ਦੇ ਉੱਪਰ ਹਮਦਰਦੀ ਭਰਿਆ, ਦਿਲਾਸਾ ਭਰਿਆ, ਹੱਥ ਰੱਖਿਆ। ਉਮੀਦ ਰੱਖਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਸਾਡੇ ਮੋਢਿਆਂ ਦੇ ਉੱਪਰ ਹੱਥ ਬਣਿਆ ਰਹੇਗਾ। ਇਹ ਬੱਚਿਆਂ ਨੂੰ ਵੀ ਸ਼ਕਤੀ ਅਤੇ ਪ੍ਰੇਰਣਾ ਮਿਲਦੀ ਰਹੇਗੀ ਕਿ ਆਪਣੇ ਉਸ ਬਜ਼ੁਰਗਾਂ ਦੇ ਪਦ ਚਿੰਨ੍ਹਾਂ ਦੇ ਉੱਪਰ ਚੱਲਣ ਦੀ ਇਹ ਕੋਸ਼ਿਸ਼ ਕਰਦੇ ਰਹਿਣਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਯਾਦਾਂ ਨੂੰ ਲੈ ਕੇ ਇਸ ਪਰਿਵਾਰ ਦੇ ਦੁੱਖ ਨੂੰ ਘਟਾਉਣ, ਜੋ ਕੁਛ ਅੱਜ ਤੁਸੀਂ ਇੱਥੇ ਚਰਨ ਪਾਏ ਨੇ ਉਸ ਤਾਂ ਅਸੀਂ ਕਦੇ ਵੀ ਪਰਿਵਾਰ ਦੇ ਵੱਲੋਂ ਦੇਣਾ ਨਹੀਂ ਦੇ ਸਕਦੇ। ਇੱਕ ਫਿਰ ਦਿਲ ਦੀਆਂ ਗਹਿਰਾਈਆਂ 'ਚੋਂ ਇੱਕ ਗੱਲ ਮੈਨੂੰ ਜ਼ਰੂਰ, ਮੇਰੇ ਮਾਮਾ ਜੀ ਦੇ ਵਿਦਾ ਹੋਣ ਤੋਂ ਪਹਿਲਾਂ ਕੁਛ ਸਮਾਂ, ਸਾਰੇ ਦਾ ਸਾਰਾ ਸਮਾਂ ਮੈਨੂੰ ਇਕੱਠੇ ਹੋਣ ਦਾ ਮੌਕਾ ਵੀ ਮਿਲਿਆ ਉਹਨਾਂ ਦੇ ਆਖਰੀ ਪਲਾਂ ਦੇ ਤੱਕ, ਜੋ ਇੱਕ ਗੱਲ ਉਹਨਾਂ ਨੇ ਮੇਰੀ ਨਾਲ ਸਾਂਝੀ ਕੀਤੀ, ਜ਼ਰੂਰ ਮੈਂ ਸਾਂਝੀ ਕਰਨੀ ਚਾਹਾਂਗਾ। ਕਿਉਂਕਿ ਉਹ ਸ਼ਬਦ ਇਹੋ ਜਿਹੇ ਸ਼ਬਦ ਨੇ ਕਿ ਜ਼ਿੰਦਗੀ ਨੂੰ ਤਕੜੇ ਹੋ ਕੇ ਅਲਵਦਾ ਕਹਿਣ ਦੀ ਸ਼ਕਤੀ ਜਿਸ ਦੇ ਵਿੱਚੋਂ ਪ੍ਰਾਪਤ ਹੁੰਦੀ ਹੈ, ਅਤੇ ਉਹਨਾਂ ਨੇ ਉਸ ਸ਼ਕਤੀ ਦੇ ਨਾਲ ਹੀ ਜ਼ਿੰਦਗੀ ਨੂੰ ਅਲਵਦਾ ਕੇ ਮੈਨੂੰ ਜ਼ਿਕਰ ਕਰ ਰਹੇ ਸੀ। ਸਾਡੀ ਸਾਂਝ ਹੋਈ ਸੀ ਮੌਤ ਕੀ ਉਮਰ ਕਿਆ ਹੈ, ਮੌਤ ਕੀ ਉਮਰ ਕਿਆ ਹੈ, ਪਲ ਤੋਂ ਪਲ ਵੀ ਨਹੀਂ, ਜ਼ਿੰਦਗੀ ਕਾ ਸਿਲਸਿਲਾ ਆਜ ਹੀ ਨਹੀਂ ਕੱਲ ਹੀ ਨਹੀਂ, ਮੈਂ ਜੀ ਭਰ ਕੇ ਜੀਆ, ਮੈਂ ਜੀ ਭਰ ਕੇ ਜੀਆ, ਮੈਂ ਦਿਲ ਸੇ ਮਰੂੰ, ਮੈਂ ਜੀ ਭਰ ਕੇ ਜੀਆ, ਮੈਂ ਦਿਲ ਸੇ ਮਰੂੰ, ਮੈਂ ਲੌਟ ਕਰ ਆਊਂਗਾ, ਕੁਛ ਸੇ ਕਿਉਂ ਡਰੂੰ। ਇਹੋ ਜਿਹੀ ਦਲੇਰੀ ਦੇ ਨਾਲ ਜ਼ਿੰਦਗੀ ਨੂੰ ਉਹਨਾਂ ਨੇ ਅਲਵਿਦਾ ਕਹੀ ਹੈ। ਇਹੋ ਜਿਹੀ ਦਲੇਰੀ ਸਾਨੂੰ ਸਾਰਿਆਂ ਨੂੰ ਜ਼ਿੰਦਗੀ ਨੂੰ ਅਲਵਿਦਾ ਕਹਿਣ ਦੀ ਸ਼ਕਤੀ ਅਤੇ ਤਾਕਤ ਪਰਮਾਤਮਾ ਅਦਾ ਕਰੇ, ਤਾਂ ਕਿ ਅਸੀਂ ਸਮਾਜ ਦੇ ਵਿੱਚ ਮੌਤ ਨੂੰ ਯਾਦ ਰੱਖਦੇ ਹੋਏ ਸਮਾਜ ਦੀਆਂ ਚੰਗਾ ਕੰਮਾਂ ਦੇ ਲਈ ਆਪਣੇ ਆਪ ਨੂੰ ਉਹਨਾਂ ਦੇ ਲੇਖੇ ਵੀ ਲਾ ਸਕੀਏ, ਜਿਨ੍ਹਾਂ ਦੇ ਨਾਲ ਅਸੀਂ ਵਿਚਰੀਏ ਉਹਨਾਂ ਨਾਲ ਆਪਣੇ ਪਿਆਰ ਅਤੇ ਮੁਹੱਬਤ ਦੀ। ਕਿਉਂਕਿ ਜੱਸੀ ਮਾਮਾ ਜੀ ਦਾ ਪਿਆਰ ਕਿਸੇ ਜਾਤ ਪਾਤ ਅਮੀਰ ਗਰੀਬੀ ਦੇ ਨਾਲ ਜੁੜਿਆ ਹੋਇਆ ਨਹੀਂ ਸੀ। ਜੋ ਵੀ ਉਹਨਾਂ ਦੇ ਕਰਾਵੇ ਦੇ ਵਿੱਚ ਆਇਆ, ਜੋ ਵੀ ਉਹਨਾਂ ਦੇ ਨਜ਼ਦੀਕ ਆਇਆ, ਉਹਨਾਂ ਦਾ ਤਾਂ ਉਹ ਵਗਦੇ ਦਰਿਆ ਵਰਗਾ ਪਾਣੀ ਵਰਗਾ ਸੀ, ਜਿਸ ਨੇ ਵੀ ਭੁੱਖ ਭਰਿਆ, ਸਭ ਨੂੰ ਬਰੋਬਰ ਦਾ ਮਿਲਿਆ, ਸਭ ਨੂੰ ਇਹੋ ਜਿਹਾ ਪਿਆਰ ਮਿਲਿਆ। ਉਹਨਾਂ ਦੀਆਂ ਯਾਦਾਂ ਮੈਂ ਨਹੀਂ, ਮੇਰੇ ਸਾਰੇ ਦੇ ਸਾਰੇ ਦੋਸਤ ਜਿਨ੍ਹਾਂ ਨੇ ਆ ਕੇ ਉਰੇ ਪਤਾ ਨਹੀਂ ਮਹੀਨਾ ਮਹੀਨਾ ਵੀ ਅਸੀਂ ਇਕੱਠੇ ਗੁਜ਼ਾਰਦੇ ਰਹੇ, ਸਾਰਿਆਂ ਨੂੰ ਉਹੋ ਜਿਹੀ ਦੋਸਤੀ, ਉਹੋ ਜਿਹਾ ਪਿਆਰ ਅਤੇ ਉਹੋ ਜਿਹਾ ਰਹਿਨੁਮਾ, ਜਿਹੋ ਜਿਹਾ ਮੇਰੇ ਸਿਰ ਦੇ ਉੱਪਰ, ਸਾਰੇ ਦੇ ਸਾਰੇ ਸਾਡੇ ਸਾਥੀਆਂ ਦੇ ਉੱਪਰ, ਹਰ ਕਿਸੇ ਦੇ ਉੱਪਰ ਜੋ ਵੀ ਉਹਨਾਂ ਦੇ ਸੰਪਰਕ 'ਚ ਆਇਆ, ਉਹਨਾਂ ਦੀ ਜ਼ਿੰਦਗੀ ਸਾਨੂੰ ਪ੍ਰੇਰਣਾ ਦਿੰਦੀ ਹੈ। ਤੁਹਾਡਾ ਸਾਰਿਆਂ ਦਾ ਇਸੇ ਤਰ੍ਹਾਂ ਹਮਦਰਦੀ ਭਰਿਆ, ਤੁਹਾਡਾ ਪਿਆਰ ਸਾਨੂੰ ਮਿਲਦਾ ਰਹੇ, ਤਾਂ ਕਿ ਜ਼ਿੰਦਗੀ ਦੇ ਵਿੱਚ ਉਹਨਾਂ ਦੀਆਂ ਯਾਦਾਂ ਨੂੰ ਹੋਰ ਅੱਗੇ ਲੈ ਕੇ ਬੱਚਿਆਂ ਨੂੰ ਅੱਗੇ ਜਾਣ ਦੀ ਸ਼ਕਤੀ ਅਤੇ ਤਾਕਤ ਮਿਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਬਖਸ਼ਿਸ਼, ਦੇਖ ਲੈਣ ਤੋਂ ਬਾਅਦ ਜਿਨ੍ਹਾਂ ਨੇ ਲੰਗਰ ਨਹੀਂ ਛਕਿਆ, ਕਿਰਪਾ ਕਰਕੇ ਲੰਗਰ ਛੱਕ ਕੇ ਜਾਣ, ਚਾਹ ਦਾ ਲੰਗਰ ਵੀ ਤਿਆਰ ਹੈ। ਮੈਂ ਇੱਕ ਵਾਰੀ ਫਿਰ XMLA ਝੁੰਗਾ ਸਾਹਿਬ ਦਾ, ਸਰ ਗੁਰਦੇਵ ਸਿੰਘ ਫਾਰਵਰਡ, ਪ੍ਰੈਜ਼ੀਡੈਂਟ ਬਾਰ ਕੌਂਸਲ ਸੰਗਰੂਰ, ਵਿਰਿੰਦਰਪਾਲ ਸਿੰਘ ਭੱਜੂ ਅਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਇੱਥੇ ਆਈਆਂ, ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਅਤੇ ਆਸ ਹੈ ਕਿ ਆਪ ਜੀ ਇਸੇ ਤਰ੍ਹਾਂ ਇਸ ਪਰਿਵਾਰ ਦੇ ਸਿਰ 'ਤੇ ਆਪਣੀ ਸਰਪ੍ਰਸਤੀ ਦਾ ਹੱਥ ਰੱਖੋਗੇ ਅਤੇ ਮੇਰੀ ਪਿਆਰੀ ਬੇਟੀ ਸਿਮਖਾ ਅਤੇ ਅਰਸ਼ਵੀਰ, ਤੁਹਾਡੇ 'ਤੇ ਵੱਡੀਆਂ ਜ਼ਿੰਮੇਵਾਰੀਆਂ ਆਈਆਂ, ਤੁਸੀਂ ਇਸ ਕੋਠੀ ਦੀ ਅਜ਼ਮਤ ਸ਼ਾਨ ਅਤੇ ਇਹਦੀਆਂ ਰਵਾਇਤਾਂ ਨੂੰ ਅੱਗੇ ਕਾਇਮ ਰੱਖਣੇ। ਇੱਕ ਵਾਰੀ ਫਿਰ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।